ਸੱਸ ਲਾਉਂਦੀ ਰਹਿ ਗਈ ਨੂੰਹ ਨੂੰ ਛੁਆਰਾ ਤੇ ਨੂੰਹ ਵੇਖੋ ਕੀ ਕਰ ਕੇ ਕਰਾ। ਵੈਸੇ ਤਾਂ ਹਰ ਕੁੜੀ ਦਾ ਚਾਅ ਹੁੰਦਾ ਕਿ ਉਸਦਾ ਵਿਆਹ ਹੋਵੇ, ਉਹ ਚੂੜਾ ਪਾਵੇ ਤੇ ਆਪਣੇ ਸਹੁਰੇ ਪਰਿਵਾਰ ਦੇ ਵਿੱਚ ਖੁਸ਼ੀ ਖੁਸ਼ੀ ਰਹੇ, ਪਰ ਇਸ ਕੁੜੀ ਦਾ ਵੀ ਚਾਅ ਸੀ ਕਿ ਉਸਦਾ ਵਿਆਹ ਹੋਵੇ, ਉਹ ਵੀ ਚੂੜਾ ਪਾਵੇ ਤੇ ਆਪਣੇ ਸਹੁਰੇ ਘਰ ਪਹੁੰਚੇ। ਪਰ ਇਸ ਕੁੜੀ ਦਾ ਚਾਅ ਤਾਂ ਬਹੁਤ ਹੀ ਡੂੰਘਾਈ ਦੇ ਨਾਲ ਸਾਹਮਣੇ ਆਇਆ। ਇਸ ਕੁੜੀ ਦਾ ਕੀ ਚਾਅ ਸੀ, ਆਓ ਤੁਹਾਨੂੰ ਦੱਸਦਿਆਂ। ਦਰਅਸਲ ਇਸ ਕੁੜੀ ਦਾ ਇਹ ਚਾਅ ਸੀ ਕਿ ਜਲਦੀ ਜਲਦੀ ਇਸਦਾ ਵਿਆਹ ਹੋਵੇ, ਜਲਦੀ ਜਲਦੀ ਇਹ ਚੂੜਾ ਪਾਵੇ ਤੇ ਆਪਣੇ ਸਹੁਰੇ ਪਰਿਵਾਰ ਨੂੰ ਲੁੱਟ ਕੇ ਉੱਥੋਂ ਰਫੂ ਚੱਕਰ ਹੋ ਜਾਵੇ। ਤੁਸੀਂ ਸੋਚੋਗੇ ਕਿ ਬੜਾ ਹੀ ਅਜੀਬੋ ਗਰੀਬ ਮਾਮਲਾ ਹੈ, ਪਰ ਇਸ ਮਾਮਲੇ ਨੇ ਹਰ ਕਿਸੇ ਨੂੰ ਹੀ ਚੁੱਕਾ ਕੇ ਰੱਖ ਦਿੱਤਾ। ਦਰਅਸਲ ਨਵੀਂ ਵਿਆਹੀ ਲਾੜੀ ਨੂੰ ਅਜੇ 2 ਹੀ ਦਿਨ ਹੋਏ ਸੀ, ਅਜੇ ਤਾਂ ਲਾੜੇ ਦੇ ਚਾਅ ਵੀ ਨਹੀਂ ਉਤਰੇ ਸੀ। ਹਾਲੇ ਤਾਂ ਸੱਸ ਜਿਹੜੀ ਸੀ ਨੂੰਹ ਦੇ ਮੂੰਹ ਨੂੰ ਚੁਆਰਾ ਹੀ ਲਾਉਂਦੀ ਰਹਿ ਗਈ ਤੇ ਨੂੰਹ ਵੇਖੋ ਕਿੱਡਾ ਵੱਡਾ ਕਾਰਾ ਕਰਕੇ ਕਰੋ ਰਫੂ ਚੱਕਰ ਹੋ ਗਏ। ਦਰਅਸਲ ਵਿਚੋਲਣ ਅਤੇ ਨੂੰਹ ਦੇ ਵੱਲੋਂ ਮਿਲ ਕੇ ਇਹ ਪੂਰੇ ਕਾਂਡ ਨੂੰ ਅੰਜਾਮ ਦਿੱਤਾ ਗਿਆ ਤੇ ਵਿਆਹ ਦੇ 2 ਦਿਨਾਂ ਬਾਅਦ ਹੀ ਨੂੰਹ ਜਿਹੜੀ ਹੈ, ਯਾਨੀ ਕਿ ਲਾੜੀ ਜਿਹੜੀ ਹੈ, ਨਵੀਂ ਵਿਆਹੀ ਵਹੁਟੀ ਜਿਹੜੀ ਹੈ, ਘਰੋਂ ਲੱਖਾਂ ਰੁਪਏ ਦਾ ਕੈਸ਼, ਨਗਦੀ, ਸੋਨਾ, ਜੇਵਰ ਜਿਹੜੇ ਹੈ ਲੈ ਕੇ ਉੱਥੋਂ ਦੀ ਫਰਾਰ ਹੋ ਜਾਂਦੀ ਹੈ। ਤੁਹਾਨੂੰ ਦੱਸ ਦਈਏ ਕਿ ਪੂਰਾ ਮਾਮਲਾ ਸਮਰਾਲਾ ਦੇ ਜਿੱਥੋਂ ਦੇ ਕਿ ਇਲਾਕੇ ਦੇ ਰਹਿਣ ਵਾਲੇ ਇੱਕ ਨੌਜਵਾਨ ਦਾ ਜੇ ਵਿਆਹ ਵਾਲਾ ਚਾਹ ਹੀ ਨਹੀਂ ਮੁੱਕਿਆ ਸੀ ਤੇ 2 ਹੀ ਦਿਨ ਬਾਅਦ ਉਸਦੀ ਨਵੀਂ ਵਿਆਹੀ ਦੁਲਹਨ ਜਿਹੜੀ ਹੈ ਫਰਾਰ ਹੋ ਗਈ ਤੇ ਨਾਲ ਹੀ ਨਾਲ 2 ਲੱਖ ਰੁਪਏ ਦੀ ਨਗਦੀ, ਗਹਿਣੇ ਤੇ ਹੋਰ ਕੀਮਤੀ ਸਮਾਨ ਵੀ ਲੈ ਗਈ। ਮਾਛੀਵਾੜਾ ਬਲਾਕ ਦੇ ਇੱਕ ਪਿੰਡ ਵਾਸੀ ਚਰਨਜੀਤ ਸਿੰਘ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਸਦਾ ਇੱਕ ਨੌਜਵਾਨ ਲੜਕਾ ਹੈ ਜਿਸਦੇ ਵਿਆਹ ਲਈ ਉਸਨੇ ਪਿਛਲੇ ਕਾਫੀ ਸਮੇਂ ਤੋਂ ਰਿਸ਼ਤਾ ਲੱਭ ਰਹੇ ਸੀ ਉਹ, ਤੇ ਹੁਣ ਜਦੋਂ ਰਿਸ਼ਤਾ ਮਿਲਿਆ, ਚਮਕੌਰ ਸਿੰਘ ਦੀ ਔਰਤ ਜਸਵਿੰਦਰ ਕੌਰ ਜੋ ਕਿ ਰਿਸ਼ਤਾ ਕਰਵਾਉਣ ਦਾ ਕੰਮ ਕਰਦੀ ਹੈ, ਉਸ ਨਾਲ ਮੁਲਾਕਾਤ ਹੋਈ ਜਿਸ ਨੇ ਉਸਦੇ ਲੜਕੇ ਲਈ ਇੱਕ ਰਿਸ਼ਤਾ ਦੱਸਿਆ। ਸਹੁਰੇ ਪਰਿਵਾਰ ਨੇ ਦੱਸਿਆ ਕਿ ਉਹਨਾਂ ਵਿਚੋਲਣ ਨੂੰ ਕਿਹਾ ਕਿ ਅਸੀਂ ਵੀ ਆਪਣੀ ਨੂੰਹ ਦੇ ਮਾਪਿਆਂ ਨੂੰ ਮਿਲਣ ਚੱਲਦੇ ਹਾਂ, ਤਾਂ ਉਸਨੇ ਨਾਂਹ ਕਰ ਦਿੱਤੀ। ਉਹ ਕੁਝ ਦਿਨ ਬਾਅਦ ਨਵਵਿਆਹਤਾ ਨੂੰ ਸਹੁਰੇ ਘਰ ਛੱਡ ਕੇ ਜਾਏਗੀ, ਉਸਨੇ ਇਹ ਗੱਲ ਕਹਿ ਦਿੱਤੀ। ਵਿਚੋਲਣ, ਜਸਵਿੰਦਰ ਕੌਰ ਤੇ ਸਪਨਾ ਨਾਮ ਦੀ ਔਰਤ ਸਾਡੇ ਘਰ ਆ ਕੇ ਮੇਰੀ ਨੂੰਹ ਨੂੰ ਆਪਣੇ ਨਾਲ ਲੈ ਗਏ ਅਤੇ ਜੋ ਸੋਨੇ ਦੇ ਗਹਿਣੇ ਅਤੇ ਹੋਰ ਕੀਮਤੀ ਸਮਾਨ ਤੋਂ ਇਲਾਵਾ ਘਰ ਦੇ ਵਿੱਚ ਪਏ ਕੱਪੜੇ ਅਤੇ 2 ਲੱਖ ਰੁਪਏ ਦੀ ਨਗਦੀ ਵੀ ਲੈ ਗਏ, ਜਿਸ ਕਾਰਨ ਸਾਨੂੰ ਸ਼ੱਕ ਹੋਇਆ ਕਿ ਸਾਡੇ ਨਾਲ ਕੋਈ ਧੋਖਾ ਹੋ ਰਿਹਾ। ਉਸ ਦਿਨ ਬਾਅਦ ਜਦ ਉਹਨਾਂ ਨੂੰ ਉਹਨਾਂ ਦੀ ਨੂੰਹ ਵਾਪਸ ਨਾ ਆਈ ਤਾਂ ਉਹਨਾਂ ਵਿਚੋਲਣ ਜਸਵਿੰਦਰ ਕੌਰ ਨੂੰ ਫੋਨ ਕੀਤਾ ਤਾਂ ਉਸਨੇ ਅੱਗੋਂ ਮੰਦਾ ਚੰਗਾ ਬੋਲਿਆ। ਸ਼ਿਕਾਇਤਕਰਤਾ ਦੇ ਅਨੁਸਾਰ ਉਹਨਾਂ ਦੇ ਨਾਲ ਵੱਡਾ ਧੋਖਾ ਹੋਇਆ ਅਤੇ ਉਹਨਾਂ ਦਾ ਜਵਾਨ ਲੜਕਾ ਜੋ ਅਸੀਂ ਜ਼ਿੰਦਗੀ ਬਰਬਾਦ ਹੋ ਚੁੱਕੀ ਹੈ ਅਤੇ ਨੂੰਹ ਅਤੇ ਵਿਚੋਲਣ ਜੋ ਹੈ ਪੈਸੇ ਵੀ ਹੜੱਪ ਚੁੱਕੀ ਹੈ, ਸਮਾਨ ਲੈ ਕੇ ਫਰਾਰ ਹੋ ਚੁੱਕੀ ਹੈ, ਲੱਖਾਂ ਰੁਪਏ ਦੀ ਨਗਦੀ ਲੈ ਕੇ ਵਿਚੋਲਣ ਅਤੇ ਨੂੰਹ ਜਿਹੜੀਆਂ ਨੇ ਫਰਾਰ ਹੋ ਚੁੱਕੀ ਹੈ। ਤਾਂ ਹੁਣ ਪੀੜਤ ਪਰਿਵਾਰ ਦੇ ਵੱਲੋਂ ਲਗਾਤਾਰ ਇਨਸਾਫ਼ ਦੀ ਗੁਹਾਰ ਲਗਾਈ ਜਾ ਰਹੀ ਹੈ, ਪਰ ਉੱਥੇ ਕੀ ਹੁਣ ਇਹ ਲੋਕ ਇਹ ਗੱਲ ਸੋਚ ਰਿਹਾ ਕਿ ਅਸੀਂ ਨੂੰਹਾਂ ਘਰ ਦੇ ਵਿੱਚ ਲਿਆਈਏ ਜਾਂ ਫਿਰ ਨਾ ਲਿਆਈਏ, ਕਿਉਂਕਿ ਇਸ ਘਟਨਾ ਤੋਂ ਬਾਅਦ ਹਰ ਕਿਸੇ ਦੇ ਮਨ ਦੇ ਵਿੱਚ ਡਰ ਜਿਹੜਾ ਬੈਠ ਚੁੱਕਿਆ। ਹਰ ਕੋਈ ਇਹੀ ਸੋਚ ਰਿਹਾ ਕਿ ਹੁਣ ਅਸੀਂ ਕੀ ਕਰੀਏ, ਕਿਉਂਕਿ ਮਨਾਂ ਦੇ ਵਿੱਚ ਡਰ ਤਾਂ ਬੈਠਣਾ ਕੀ ਸੀ। ਖੈਰ, ਤੁਹਾਡੇ ਕੀ ਵਿਚਾਰ ਨੇ ਇਸ ਚੋਰਤੀ ਨੂੰਹ ਦੇ ਬਾਰੇ? ਕਮੈਂਟਾਂ ਦੇ ਵਿੱਚ ਆਪਣੇ ਆਪਣੇ ਵਿਚਾਰਾਂ ਨੂੰ ਜ਼ਰੂਰ ਸਾਂਝੇ ਕਰੋ।